ਵੀਡੀਓ ਸਹਾਰਨਪੁਰ ਦੇ ਘੰਟਾਘਰ ਚੌਂਕ ਅੰਬਾਲਾ ਰੋਡ ਦੀ ਹੈ, ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਸੜਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਇਸ ਟਰੱਕ ਡਰਾਈਵਰ ਦਾ ਟਰੱਕ ਰੁਕਵਾ ਲਿਆ ਜਾਂਦਾ ਹੈ ਅਤੇ ਟ੍ਰੈਫਿਕ ਪੁਲਿਸ ਵਾਲੇ ਉਸਨੂੰ 12,000 ਦਾ ਚਲਾਨ ਕਟਾਉਣ ਲਈ ਕਹਿੰਦੇ ਨੇ। ਪਰ ਟਰੱਕ ਡਰਾਈਵਰ ਚਲਾਨ ਕਟਵਾਉਣ ਲਈ ਮਨਾ ਕਰ ਦਿੰਦਾ ਅਤੇ ਆਪਣਾ ਸ਼੍ਰੀ ਸਾਹਿਬ ਕੱਢ ਕੇ ਉਹਨਾਂ ਪੁਲਿਸ ਵਾਲਿਆਂ ਦੇ ਮਗਰ ਪੈ ਜਾਂਦਾ। ਆਓ ਦਿਖਾਉਂਦੇ ਹਾਂ ਮੌਕੇ ਦੀਆਂ ਐਕਸਕਲੂਸਿਵ ਤਸਵੀਰਾਂ। ਬਚਾਵਾ ਸਾਗ ਬਾਗਰਾ।